ਨਬੀ ਆਪ ਹੈ ਆਪ ਹੈ ਖਾਬ ਦੇ ਵਿੱਚ ਵੀ ਨਹੀਂ ਸਾਹਮਣੇ ਮੌਜੂਦ ਹੈ। ਨਬੀ ਫਰਮਾ ਰਹੇ ਨੇ ਕਿ 39 ਦਿਨਾਂ ਦੀ ਜੰਗ ਹੈ 40 ਦਿਨ ਫਤਹ ਹੈ। ਹੁਣ ਇੱਥੇ ਪਰੇਸ਼ਾਨ ਹੋਣਾ ਤਾਂ ਨਹੀਂ ਬਣਦਾ ਜਦੋਂ ਨਬੀ ਫਰਮਾ ਦੇਣਗੇ 40 ਦਿਨ ਫਤਹ ਹੈ, ਪਰੇਸ਼ਾਨ ਹੋਣਾ ਤਾਂ ਨਹੀਂ ਬਣਦਾ। ਲੇਕਿਨ ਇਹ ਫਿਰ ਵੀ ਪਰੇਸ਼ਾਨ ਹੈਰਾਨ, ਅੱਲਾਹ ਸਾਨੂੰ ਮਾਰ ਨਾ ਦੇਵੇ, ਇਹਦਾ ਕੱਦ ਬੜੇ, ਇਹ ਬਾਰੀ ਚਾਹੁੰਦਾ ਮੈਂ ਆਵਾਂ, ਅਸੀਂ ਆਉਂਦੇ ਹਾਂ, ਅਸੀਂ ਜਾਵਾਂ। ਇਹ ਸਾਰੇ ਪਰੇਸ਼ਾਨ ਡਰੇ ਹੋਏ ਕੰਬੇ ਹੋਏ, ਲੇਕਿਨ ਗੱਲ ਕੀ ਕੀਤੀ ਹੈ, ਨਬੀ ਦੇ ਕੋਲ ਆਏ, ਨਬੀ ਪਾਕ ਲੰਗਰ ਵੀ ਮੁੱਕ ਗਿਆ ਅਤੇ ਸਾਡੇ ਹੌਸਲੇ ਵੀ ਮੁੱਕ ਗਏ ਨੇ। ਤੁਹਾਡੇ ਵਾਅਦੇ ਦੇ ਮੁਤਾਬਕ ਅੱਜ ਆਖਰੀ ਦਿਨ ਨੇ, ਅੱਜ ਅਗਰ ਅਸੀਂ ਕੁਝ ਨਾ ਕੀਤਾ ਤਾਂ ਸਾਰਾ ਕੁਝ ਕਰ ਲੈਣਾ ਜਿਹੜਾ ਬਾਰੀ ਚੋਂ ਕੱਢ ਕੇ ਆਉਂਦਾ ਮੈਂ ਆਵਾਂ ਅਤੇ ਸਾਨੂੰ ਬਚਾਓ, ਸਾਨੂੰ ਬਚਾਓ। ਜਿਹੜੇ ਵੇਲੇ ਆਖਿਆ ਨਾ ਸਾਨੂੰ ਬਚਾਓ, ਸਾਨੂੰ ਬਚਾਓ, ਨਾ ਦੇ ਅਲੀ ਵੀ ਸਦਾ ਬੁਲੰਦ ਕੀਤੀ ਹੈ, ਮੇਰੇ ਸੋਹਣੇ ਅਤੇ ਪਿਆਰੇ ਨਬੀ ਹਜ਼ਰਤ ਮੁਹੰਮਦ ਮੁਸਤਫਾ ਅਹਿਮਦ ਮੁਸ਼ਤਫਾ ਨੇ ਸੱਲੱਲਾਹੁ ਅਲੈਹਿ ਵਸੱਲਮ ਮਿਲ ਕੇ ਸਲਵਾਤ ਪੜ੍ਹੋ ਨਬੀ ਦੀ ਜ਼ਾਤ ਤੇ। ਜਿਹੜੇ ਵੇਲੇ ਆਖਿਆ ਬਚਾਓ ਬਚਾਓ, ਯਾ ਅਲੀ ਯਾ ਨਬੀ ਯਾ ਨਬੀ ਅਦਰਕਨੀ ਯਾ ਨਬੀ ਅਦਰਕਨੀ ਯਾ ਨਬੀ ਮਦਦ ਯਾ ਨਬੀ ਮਦਦ ਸਾਨੂੰ ਬਚਾਓ, ਤੇ ਯਾ ਨਬੀ ਨੇ ਕੀ ਆਖਿਆ, ਯਾ ਅਲੀ ਮਦਦ ਯਾ ਅਲੀ ਮਦਦ ਯਾ ਅਲੀ ਮਦਦ। ਕਿਹੜੀ ਗੱਲ ਕੀਤੀ ਹੈ, ਜਲਦੀ ਆ ਹਸਨੈਨ ਦਾ ਬਾਬਾ ਚਿਰ ਤਾਈ ਤੋਂ ਜੀਵੇਂ ਸ਼ਾਲਾ ਜੰਗ ਦਾ ਇੱਕ ਦਿਨ ਕੋਈ ਰਿਹਾ ਨਾ ਸਾਥੀਏ, ਤਵੱਜੋ ਜੰਗ ਦਾ ਇੱਕ ਦਿਨ ਬਾਕੀਏ ਕੋਈ ਰਿਹਾ ਨਾ ਸਾਥੀਏ ਮੁਸ਼ਕਿਲ ਪਾ ਲਿਆ ਗੇਰਾਏ ਤੇਰੇ ਬਾਜੂ ਕੋਈ ਨਾ ਮੇਰਾਏ ਮੁਸ਼ਕਿਲ ਪਾ ਪੈ ਗਈ ਉਹ ਨਵੀਂ ਗੱਲ ਤੇ ਨਹੀਂ ਕੀਤੀ ਤੇ ਜਿਹਦਾ ਜ਼ਿਕਰ ਮਜਲਿਸੇ ਹੁਸੈਨ ਹੈ ਨਾ ਬੜੀਆਂ ਇਸਤਾਂ ਦਿੱਤੀਆਂ ਨੇ। ਲੋਕੀ ਆਉਂਦੇ ਨੇ ਨਾ ਕਿ ਇਹਨਾਂ ਦਾ ਨਾਂ ਲਵੀਏ ਤੇ ਇੱਜ਼ਤ ਮਿਲਦੀ ਹੈ, ਇਹਨਾਂ ਦਾ ਨਾਂ ਲਵੀਏ ਤੇ ਇੱਜ਼ਤ ਮਿਲਦੀ ਹੈ, ਤੁਸੀਂ ਕੋਈ ਸ਼ੱਕ ਨਹੀਂ, ਇਹ ਬੜੇ ਕਰੀਮ ਨੇ। ਜਿਹੜਾ ਇਹਨਾਂ ਦਾ ਨਾਂ ਨਹੀਂ ਨਾ ਲੈਂਦਾ ਇਹਨੂੰ ਵੀ ਇੱਜ਼ਤ ਅਦਾ ਕਰਦੇ ਨੇ, ਇਤਨੇ ਕਰੀਮ ਨੇ ਬੰਦਿਆਂ ਦੇ ਨਾ, ਸਖੀ ਐਵੇਂ ਨਹੀਂ ਅਤਾ ਕਰਦੇ, ਕੁਝ ਵੇਖ ਕੇ ਅਤਾ ਕਰਦੇ ਨੇ। ਮੈਂ ਆਪਣੀ ਕਿਰਬਾਨ ਚ ਜਾਤੀ ਪਾਈ ਤੇ ਮੈਂ ਕਿਹਾ ਨਹੀਂ ਯਾਰ ਸਖੀ ਕੁਝ ਨਹੀਂ ਵੇਂਦੇ ਤੇ ਅਤਾ ਕਰਦੇ ਨੇ, ਕਿੱਥੇ ਮੈਂ ਤੇ ਕਿੱਥੇ ਸਰਕਾਰਾਂ ਦੀ ਸਨਾ, ਕਿੱਥੇ ਸਰਕਾਰਾਂ ਦੀ ਸ਼ਾਨ। ਉਹ ਬੜੇ ਕਰੀਮ ਹੈ, ਉਹ ਸਿਰਫ ਅਤਾ ਕਰਦੇ ਨੇ, ਉਹਨਾਂ ਦੇਣਾ ਹੀ ਸਿੱਖਿਆ। ਮੈਂ ਜਨਾਬ ਨੂੰ ਉਹ ਕਸੀਦਾ ਸੁਣਾ ਰਿਹਾ ਜਿਹਦੀ ਵਜ੍ਹਾ ਤੋਂ ਦੂਰ ਦੂਰ ਨੌਕਰੀਆਂ ਕਰਨ ਦਾ ਸ਼ਰਫ ਹਾਸਲ ਹੋਏ, ਮੌਕਾ ਮਿਲਿਆ, ਡਿਊਟੀਆਂ ਕੀਤੀਆਂ ਨੇ ਕਿ ਵਾਹ ਹੁਸੈਨ, ਯਾ ਹੁਸੈਨ ਤਾਂ ਸੁਣਿਆ ਨਾ ਤੁਸੀਂ। ਮੈਂ ਜਨਾਬ ਨੂੰ ਕੀ ਸੁਣਾ ਰਿਹਾ, ਵਾਹ ਹੁਸੈਨ ਵਾਹ ਹੁਸੈਨ ਵਾਹ ਹੁਸੈਨ ਵਾਹ ਹੁਸੈਨ ਵਾਹ ਹੁਸੈਨ ਵਾਹ ਹੁਸੈਨ ਮਿਹਰਬਾਨੀ ਕੀਤੀ ਮੇਰੇ ਉੱਤੇ, ਸਭ ਤੋਂ ਪਹਿਲੇ ਆਪਣੀ ਗੱਲ ਕਰਾਂ, ਕੀਤੀ ਮੇਰੇ ਉੱਤੇ ਇੰਜ ਲਜ ਪਾਲੀ, ਹਾਂ ਕੀਤੀ ਮੇਰੇ ਉੱਤੇ ਇੰਜ ਲਜ ਪਾਲੀ, ਤੇ ਆਪਣਾ ਬਣਾਇਆ ਜ਼ਾਕੀ ਵਾਹ ਹੁਸੈਨ
سنے تساں پتر سے فرشتہ جدی پر اس کے تکبر دی وجہ تو تکبر صرف جچدا ہے سونا لگدا ہے رب دی ذات اور کسے ذات نوں تکبر نہیں سکدا اللہ دی ذات او ذات ہے جنوں تکبر سونے لگدا ہے جڑا ہم آکھے میں آکھاں کچھ بھی آکھے آکھ سکدا ہے کیونکہ او ذات ہی ایسی ہے لیکن میں نہیں پڑھدا پترس دے پر جاونے میں نہیں پڑھدا پترس دے پر واپس آونے میں نہیں پڑھدا پترس نو چاہ کے فرشتیاں دا لے آونا میں نہیں پڑھدا لمبی چوڑی نظر امام حسین علیہ السلام دی آمد میں نہیں پڑھدا امام حسین پہلے دن دے پینگے دے وچ میں نہیں پڑھدا پترس دا آ کے پڑھ لانا پترس دا آ کے مس کرنا میں نہیں پڑھدا میں پڑھدا کیاں جناب نو شیر سناواں جدو پینگے نال امام حسین علیہ السلام دے پینگے دے نال جدو پینگے نال جس منو لایا جدو پینگے نال جس منو لایا جدو پینگے نال جس منو لایا تے فورن شفا مل گئی واہ حسین مولا حیاتیاں امام حسین علیہ السلام دا صدقہ مولا پتر عطا کرن مولا زندگی والے بچڑے عطا کرن اس گھر دے وچ سکون رہے اس گھر دے وچ امن رہے اور اسی طرح ذکر ہوندا رہے نبی اور نبی دی آل دا اور اسی طرح ساڈے سنی شیعہ بھائی آ کے اس ذکر نو سن دے رہن اور سب اتفاق دے نال رہن ساڈی دعا ہے کہ اس پنڈ اس گھر دے وچ ہمیشہ اتفاق رہے اور سارے مل کے نبی دے آخری نبی دے اس سونے پتر دا پرساد دین جشن منان ذکر کرن اور ورد کرن امام حسین علیہ السلام دا میں جناب نو دسنا جڑی اگے گل تساں سنی ہے جڑی اگے نصر تساں سنی ہے کہ راہ نو پتر ملے نبی دی دعا دے نال امام حسین علیہ السلام دی دعا دے نال نبی دی آمین دے نال آمین چ اتنا وڈا اثر ہے کہ امام حسین اگر دعا کرن اور حسین دا نانا نبیاں دا سلطان اگر آمین کرے تے راہ دے نو سات پتر عطا ہوندے نے اپنی دعاواں چ آمین آکھیا کرو میں جناب نو دسنا کی چاہنا واہ حسین ماہ حسین سات پتر جدو راہ کو مل گئے 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 خور نے جڑی خطا کیتی ہے امام حسین علیہ السلام دی سواری دے لگام چ ہاتھ پانا اے کیا کو قابل معافی ہے میں دسنا چاہنا کہ کریم کتنے اے کریم کتنے اے اتنے کریم ہیں اے اتنے کریم ہیں اے اتنے عظیم ہیں کتنے کریم ہیں میں جناب نو شعر چ سناواں کیتی خور دی چا معاف جناب نو اپنی نوکری مکمل کرا لوٹو میری طرف تے نفس مطمئنہ یہ کربلا دے وچ آواز آئی اذان دی آواز سن کے
امام حسین علیہ السلام نے آخیا کہ اللہ تو ہی اکبر ہے، تو ہی اکبر ہے، تیرے تو بڑا کوئی اکبر نہیں، اکبریت دا مالک ہے ہی تو۔ سجدہ کر کے دسیا کہ اس پریشانی دے عالم دے وچ جنوں میں سجدہ کر رہا او کتنا عظیم ہے، او کتنا بلند ہے، او کتنا بلند ہے۔ اتنی گل جڑے ویلے سنی تے جواب کی ملیا ہے، کم ہی ہو جیا کر کے وکھایا تے رب نوں وی کہنا پے گیا، وا حسین وا حسین وا حسین وا حسین وا حسین وا حسین وا حسین۔ بس ہوا مگو انشاءاللہ دنیا تے کوئی بے وارث نہ ہو گئی، اپنی نمازاں دے وچ اپنی تسبیحات تو بعد جڑے جڑے مزار تے جاؤ، جڑی بھی دعا کرو، کسے بھی دن دعا کرو، وہ دعا کیا کرو کہ شاید دنیا تے کوئی بے وارث نہ ہو، جنہ بچیاں دے سر تے پیو دا سایہ نہ ہوئے انہاں لوگ یتیم سڑیں دیں۔ مگر میں قربان جا محمد دی آل دی بے بسی تو، بابے دے جیندیاں بابے دے موجود ہون دے بعد باوجود اولاد اپنے بابے دی زیارت تو سہک دی دنیا تو ٹر گئی ہے۔ یہ میں کیڑا واقعہ جناب نو سنا رہا، شہزادہ قاسم، قاسم بن موسیٰ قاسم، وہ مضمون دا 17 میں شروع کیتیاں، عزادارو مدینہ محمد دا آباد ہے، مدینے دے وچ ایک گلی ہے، مدینے دا ہر فرد بشر فخر لباس پا کے عید دیاں خوشیاں پیا منے دے، اینو سیداں دے دروازے دے تے ایک چھوٹا جیا بال ہے جدا چولا پٹیا ہویا ہے، اکھی دے وچ ہنجو نے، گھر دے پائے دروازے تے کھلوتا ہویا ہے، لوکاں نوں آندیاں جاندیاں دیکھ رہے، اپنے ہم پوراں نوں دیکھ کے دل دے وچ حسرت آئی ہے کہ میں وی بازار دے پاسے جاواں۔ بازار دے پاسے آئے سید دلال نے کیڑا منظر دیکھا ہے کہ اپنے ہم عمراں نوں ایک دوجے دے نال گلے ملدے ہیں دیکھا ہے، اپنے امارساں دے نال دیکھا ہے، ایک دوجے دے درمیان مٹھائیاں تقسیم کردے ہیں دیکھا ہے، دل دے وچ حسرت آئی ہے اج میرا بھی بابا میرے نال ہوے ہاں، میں بھی اپنے ہم عمراں نوں عید دیاں مبارکاں دیواں ہاں، گلے ملا ہاں۔ اے دل دے وچ حسرت آئی ہے جو بچیاں دا ٹولا کولوں دے گزریا ہے، شہزادے وال دیاں کر کے آندے نے او ویکھو قیدی دا بال، آئے میں قربان جا جڑے والے آکھے نا او ویکھو قیدی دا بال۔ عزادارو سید بالے قدم چا کے سید رندر دا گھر آیا اے، ٹردا ٹردا گھر آیا، او بالے قدم چا کے پہلا قدم گھر دے وچ رکھیا اے، سامنے ماں دے چہرے تے دید پئی اے، ماں نے پوچھا کیتا اے بچڑا اج عید دی کیوں روئے، کہہ روائے او میرا سونا لال اج عید دی کیوں روئے، ذرا ہاتھ چا رکھ مینڈے جگر اتے جے پوچھنی حال بے کسدا منت چلا
सच दसा मैं गाबा कित पिया वसदा अमड़ी ने कोल बुलाया है हां दे नाल लाए शलादे दे पेशानी दे बोसा दिता है इमाम मूसा काज़म दे पुत्र नूं हां दे नाल लाके मथे ते बोसा दे के केड़ा जवाब दिता है दीन दिखा तेरे तेंडी जद बचरा तेरे जुल्म हजारा सेंदी अमड़ी सलाम लेंदी आई बाबा धीआं रुल गईआं इमाम मूसा काज़म फरमाया बचड़ा हुकूमत दे सिपाही तेरे पीछे लग गए ने मैं मज़मून नूं बहुत शार्ट करदा पिया बहुत कंट्रोल करदा पिया कोई तफसील लंबी चौड़ी बयान नहीं करदा पिया बचड़ा हुकूमत दे सिपाही तेरे पीछे लग गए हुण ना मेरे कोल आवे ना वापस वल्ले अपनी जिंदगी दे बाकी दिन इसे शहर दे विच गुजार छोड़ अज़ादारो वक्त गुजरता गया शहजादा जवान होए इनू अबू बसीर दे घर एक बच्ची है जिदा नाम है आसमा ए भी जवान होई है अबू बसीर दी ज़ौजा ते अबू बसीर दी ज़ाल ते ज़ौजा ने बीवी ने अपने एक दूजे दे नाल मशवरा करके आसमा दा अकद शहजादे दे नाल कीता है हल्ले शहर दे विच बेवारसा वांग मुस्तकिल दे नाल भी शादी होई है ना कोई भैन कोल ना कोई भिरा ना अमड़ी ना बाबा शादी हुई है एक साल दे बाद खुदा दी जात ने शहजादे दे घर औलाद अता कीती है ही जेदा नाम अपनी जद दे नाम ते फातिमा रखिया है शहजादा एक सबील ते मुलाजम हो गया है हर आंदे जांदे राही नु पानी पिलावे हाथे आके हाथ तुसा त पियो मेरे तस्से मारे गए तुसा त पियो मेरे तस्से मारे गए अदादारो वक्त गुजरता गया एक दिन हुकूमत दा सिपाही पानी पीवण दे कीते आया है शहजादे जाम पानी दा पेश कीता है उआ फिकरे दौरा है तुसा ता पियो साडे तस्से मारेंगे सिपाही आदा है तू कौन है ए फिकरा क्यों आके अपना तार करा तेरा नसब केड़ा है शहजादा आदे शरीफुल नसब जिहड़े वेले आखे शरीफुल नसब सिपाही आदे शरीफुल नसब कोई नसब नहीं अपनी जात दसा तो अपना वतन दसा तू कित दा वसदा है शहजादा आदा गरीबुल वतन गरीबुल वतन दा नाम चाहे सिपाही दे हत्थों जाम पानी दा जमीन ते डिठा है इहनू पत थी गया है जो ए कोई सैयद दा बाल है हुकूमत दे नाल मशवरा करके सैयद नूं जहर दीवा छोड़ी है सैयद जहर दा असर लै के घर दीआं दीवारां दा आसरा लैंदा होया घर दे बाहर आए जिहड़े वेले बाहर आया है दकल बाप कीता है आवाज आई है कौन है आदे मैं तेरा सरदार आसमान दरवाजा खोलिया है पहला कदम घर दे विच रखिया है जिगर दे टुकड़े कपीच कपीच के बाहर आवन लग पे आसमान मुंह ते मातम करना शुरू कीता है आदि है मैं लुटी गईया के हालत बनाईया शहजादे आखे मैं तो जहर मिल गई है जल्दी कर बाबे को बुला अदादारो इतनी देर नहीं अबू बसीर घर दे विच मुंह दा मातम करदा होया दाखिल होया
ਜਿਹੜੇ ਵੇਲੇ ਆਖਿਆ ਨਾ ਮੇਰਾ ਵਾਰਸ ਮੇਰੇ ਘਰ ਦੇ ਵਿੱਚ ਪਿਆ ਮਰੀਂਦਾ ਹੈ, ਆਦਾ ਦਾਰੋ ਅਬੂ ਬਸੀਰ ਜਲਦੀ ਦੇ ਨਾਲ ਕੋਈ ਆਏ, ਮੈਂ ਕੋਈ ਸੈਯਦ ਬੈਠੇ ਤੇ ਹੱਥ ਬੰਨ ਕੇ ਪੜਦਾ ਪਿਆ, ਕੋਈ ਸੈਯਦ ਬੈਠੇ ਤੇ ਮਾਫ ਕਰਾਏ ਆਗਾ ਜੀ ਮਾਫੀ ਮੰਗ ਕੇ ਪੜਦਾ ਪਿਆ, ਸੈਯਦ ਦੀ ਮਜਬੂਰੀ ਦੱਸਣਾ ਚਾਹਨਾ, ਸੈਯਦ ਨੇ ਆਖਰੀ ਗੱਲ ਕਿਹੜੀ ਕੀਤੀ ਏ, ਸੈਯਦ ਕੋਲ ਬੁਲਾਏ ਅਬੂ ਬਸੀਰਾ ਤੇ ਅੱਲਾ ਦੇ ਨਾਂ ਤੇ, ਹੁਣ ਤਾਂ ਦੱਸਾ ਤੇਰਾ ਹਸਬ ਨਸਬ ਕਿਹੜਾ ਏ, ਕਿੱਥੇ ਦਾ ਵਸਦਾ ਏ, ਤੇਰੀ 4 ਸਾਲਾਂ ਦੀ ਧੀ ਕੋ ਉਸ ਮੁਕਾਮ ਤੇ ਛੋੜਾ ਵਾ, ਆਲਾ ਦਾਰੋ ਸੈਯਦ ਦੀ ਕਿਹੜੀ ਮਜਬੂਰੀ ਬਣੀ ਏ, ਸੈਯਦ ਰੋ ਕੇ ਕਿਹੜੀ ਗੱਲ ਆਦਾ ਮੇਰੀ ਦਾਦੀ ਦਾ ਨਾਮ ਸਕੀਨਾ ਏ, ਮੇਰੀ ਜੱਦ ਦਾ ਨਾਮ ਯਾਦ ਰੱਖ, ਮੈਂ ਉਹ ਮਾਂਜੀ ਦੀ ਜ਼ਿੰਦਗੀ ਤੋਂ ਦੁੱਖ ਡੇਰ ਹੈ, ਬਾਬਾ ਖਬਰਾ ਨਹੀਂ ਮੈਂ ਪੈਦਲ ਸਫ਼ਰ ਕਰ ਵੈਸਾ, ਬਾਬਾ ਮੈਨੂੰ ਜ਼ਾਤ ਦਾ ਨਾਮ ਦੁਬਾਰਾ ਦੱਸ, ਮੈਨੂੰ ਸ਼ਹਿਰ ਦਾ ਨਾਮ ਦੁਬਾਰਾ ਦੱਸ, ਮੈਨੂੰ ਵਤਨ ਦਾ ਨਾਮ ਦੁਬਾਰਾ ਦੱਸ, ਮੈਂ ਪੈਦਲ ਤੁਰ ਕੇ ਪਹੁੰਚ ਵੈਸਾ, ਮੈਨੂੰ ਤੇਰੀ ਇੱਜ਼ਤ ਪਿਆਰੀ ਏ, ਬਿਸਮਿਲ੍ਲਾ। ਅਦਾਦਾਰੋ ਇਹ ਸਵਾਲੋ ਜਵਾਬ ਹੋਏ ਨੇ, ਸ਼ਹਿਜ਼ਾਦੇ ਦਾ ਰੂਹ ਕਬਜ਼ ਏ ਅੰਸਰੀ ਚ ਪਰਵਾਜ਼ ਕਰ ਗਿਆ ਹੈ, ਇਨਾ ਲਿਲਾਹ ਵਾ ਇਨਾ ਇਲੈਹ ਰਾਜਿਊਨ, ਅਦਾਦਾਰੋ ਹੱਲੇ ਸ਼ਹਿਰ ਦੇ ਵਿੱਚ ਬਾਵਾ ਸਾਵਾਂ ਦੇ ਮਾਰਾ ਗਿਆ ਹੈ, ਇਮਾਮ ਮੂਸਾ ਕਾਜ਼ਮ ਦਾ ਬਚੜਾ, ਨਾ ਕੋਈ ਭੈਣ ਵੇਣ ਕਰਨ ਵਾਲੀ, ਨਾ ਕੋਈ ਮਾਂ ਰੋਣ ਵਾਲੀ, ਨਾ ਕੋਈ ਫਿਰਾ ਜਨਾਜ਼ਾ ਚਾਵਣ ਵਾਲਾ, ਅਦਾਦਾਰੋ ਜਿਹੜੇ ਵੇਲੇ ਵੇਣ ਕੀਤੇ ਨੇ ਆਪ ਆਸਮਾਂ ਆਪਣੇ ਸਰਦਾਰ ਦਾ ਸਰ ਜੋੜੀ ਦੇ ਵਿੱਚ ਰੱਖ ਕੇ ਰੋਂਦੀ ਪਈ ਏ, ਜੋ ਅਚਾਨਕ ਆਸਮਾਨ ਤੋਂ ਇੱਕ ਅਮਾਰੀ ਨੂਰ ਦੀ ਲੱਥੀ ਏ, ਜਿਹਦੇ ਵਿੱਚ ਇੱਕ ਸਿਆਹ ਪੋਸ਼ ਮਸਤੂਰ ਜ਼ਾਹਿਰ ਹੋਈ ਏ, ਜਿਹਦਾ ਪਾਸੇ ਤੇ ਹੱਥ ਏ ਮੱਥੇ ਤੇ ਪੁੱਤਰਾਂ ਦੀ ਮੌਤ ਦੀ ਪੱਟੀ ਬੰਨੀ ਹੋਈ ਏ, ਰੋ ਕੇ ਵੈਣ ਕਰਕੇ ਆਦੀ ਏ ਹੱਲੇ ਰੋਣਾ, ਬਗਦਾਦ ਰੋਣਾ, ਕਿਹੜੇ ਕਿਹੜੇ ਮਕਾਨ ਤੇ ਰੋਣਾ, ਮੇਰਾ ਪਰਦੇਸਾਂ ਦੇ ਵਿੱਚ ਰੁਲ ਮਰਨ ਵਾਲਾ ਬਚੜਾ, ਬਿਸਮਿਲ੍ਲਾ ਬਿਸਮਿਲ੍ਲਾ। ਜਿਹੜੇ ਵੇਲੇ ਆਖਿਆ ਨਾ ਮੇਰਾ ਪਰਦੇਸਾਂ ਦੇ ਵਿੱਚ ਰੁੜ ਮਰਨ ਵਾਲਾ ਬਚੜਾ, ਆਸਮਾਂ ਸਮਝ ਗਈਏ ਜੋ ਸ਼ਹਿਜ਼ਾਦੇ ਦੇ ਕੋਈ ਵਾਰਿਸ ਆ ਗਏ ਨੇ, ਜਲਦੀ ਦੇ ਨਾਲ ਉੱਠੀਏ, ਉੱਠ ਕੇ ਤਾਜ਼ੀਮ ਕੀਤੀਏ, ਪਾਕ ਮੁਹੰਮਦ ਦੀ ਪਾਕ ਬਚੜੀ ਨੂੰ ਬਿਠਾਇਆ ਏ, ਪਾਕ ਮੁਹੰਮਦ ਦੀ ਪਾਕ ਧੀ ਨੇ ਆਪਣੇ ਪੁੱਤਰ ਦਾ ਸਿਰ ਸਰ ਜਿਹੜਾ ਉਹ ਗੋਦ ਦੇ ਵਿੱਚ ਰੱਖਿਆ ਏ, ਰੱਖ ਕੇ ਵਹਿਣ ਕਰਨੇ ਸ਼ੁਰੂ ਕੀਤੇ ਨੇ, ਆਇਓ ਮੇਰਾ ਪਰਦੇਸ ਦੇ ਵਿੱਚ ਮਲੀ ਬਣ ਵਾਲਾ ਬਚੜਾ, ਆਇਓ ਲਾ ਵਾਰਸਾਂ ਦੇ ਵਾਂਗੂ ਪਰਨੀ ਬਣ ਵਾਲਾ ਬਚੜਾ, ਅਲਾਦਾਰੋ ਵੈਣ ਕਰਨ ਤੋਂ ਬਾਅਦ ਪਾਕ ਮੁਹੰਮਦ ਦੀ ਪਾਕ ਬਚੜੀ ਉੱਠੀ ਏ, ਉੱਠਣ ਦਾ ਉੱਠਣ ਕੇ ਤੁਰ ਕੇ ਤੁਰਨ ਦਾ ਇਰਾਦਾ ਕੀਤਾ ਏ, ਜੋ ਦਾਮਨ ਨੂੰ ਛਿੱਕੀ ਲੱਗੀ ਏ ਆਸਮਾਨ ਦੀ, ਏ ਥੋੜੀ ਦੇਰ ਤਾਂ ਪੁੱਤਰ ਕੋ ਹੋਰ ਰੋਗਨ, ਜਿਹੜੇ ਵੇਲੇ ਆਖਿਆ ਨਾ ਥੋੜੀ ਦੇਰ ਤਾਂ ਪੁੱਤਰ ਕੋ ਹੋਰ ਰੋਗਨ, ਪਾਕ ਬਤੂਲ ਦੀ ਕਿਹੜੀ ਆਵਾਜ਼ ਆਈ ਏ, ਜਨਾਜ਼ਾ ਚਾਈ ਲੈਂਦੇ ਆ ਜਾਂ ਕੋਈ ਵਾਰਸ ਨਹੀਂ।